ਕਿਸੇ ਵੀਰ ਨੇ ਜਿੰਨੇ ਵੀ ਰੱਖੀ ਆ, ਘਰੇਲੂ ਕਾਰ ਰੱਖੀ ਆ, ਸਾਂਭ ਕੇ ਰੱਖੀ ਕਾਰ ਨਹੀਂ, ਫੋਰਡ ਦੀ ਕੰਡੀਸ਼ਨ ਲਗਭਗ ਇਸ ਤਰ੍ਹਾਂ ਦੀ ਮਿਲਦੀ ਨਹੀਂ ਹੈਗੀ। ਫਰੰਟ ਵਿੰਡੋ ਪਾਵਰ ਆਉਂਦੀ ਆ, ਪਾਵਰ ਸਟੇਅਰਿੰਗ ਆਉਂਦਾ ਗੱਡੀ ਦਾ, ਬਹੁਤ ਵਧੀਆ ਕਾਰ ਆ। ਫੋਰਡ ਪਿਕੋ ਜਿਹੜੇ ਕਿਸੇ ਵੀਰ ਨੇ ਘੱਟ ਰੇਟ ਵਾਲੀ ਗੱਡੀ ਪੰਜਾਬ ਨੰਬਰ ਫਸਟ ਉਹਨੂੰ ਕਾਰ ਲੈਣੀ ਆ ਤਾਂ ਆਪਣੇ ਕੋਲ ਇਹ ਕਾਰ ਹਾਜ਼ਰ ਆ। ਅੱਗੇ ਆ ਗਏ ਹਾਂ ਤੁਹਾਡੇ ਵਾਸਤੇ ਆਪਾਂ ਅੱਜ ਇੱਕ ਨਵੀਂ ਕਾਰ ਫੋਰਡ ਫਿਗੋ ਪੰਜਾਬ ਨੰਬਰ। ਜਿਹੜੇ ਕੋਈ ਵੀਰ ਘੱਟ ਰੇਟ ਵਾਲੀ ਗੱਡੀ ਉੱਚੇ ਮਾਡਲ ਵਾਲੀ ਗੱਡੀ ਭਾਲਦੀ ਸੀ ਤਾਂ ਅੱਜ ਆਪਣੇ ਕੋਲ ਫੋਰਡ ਫਿਗੋ ਕਈ ਜਾਣੇ ਚੁਆਇਸ ਆ। 11ਵੇਂ ਮਹੀਨੇ ਦੀ ਗੱਡੀ ਆ, ਬਹੁਤ ਸੋਹਣੀ ਕਾਰ ਆ। ਉਸ ਤੋਂ ਪਹਿਲਾਂ ਬਾਈ ਪਤਾ ਕਰ ਲਓ, ਨੋਟ ਧੂਰੀ ਕਾਰ ਵੀ ਯਾਰ, ਓਪੋਜ਼ਿਟ TVS ਏਜੰਸੀ, ਸਮਾਰਟ ਪੁਆਇੰਟ, MK ਬਾਈਪਾਸ ਰੋਡ, ਸ਼ਹਿਰ ਧੂਰੀ। ਅਤੇ ਅੱਜ ਆਪਣੇ ਕੋਲ ਆਈ ਹੈ ਇਹ ਫੋਰਡ ਫਿਗੋ 2011 ਮਾਡਲ 11ਵੇਂ ਮਹੀਨੇ ਦੀ, ਬਹੁਤ ਸੋਹਣੀ ਕਾਰ ਆ, ਫਸਟ ਉਹਨੂੰ ਕਾਰ ਆ। ਸਭ ਤੋਂ ਵੱਡੀ ਖਾਸੀਅਤ ਇਹ ਆ ਇਹ ਪੰਜਾਬ ਨੰਬਰ ਆ। ਗੱਡੀ ਦੇ 3 ਪੀਸ ਪੇਂਟ ਨੇ ਓਵਰਹਾਲ, ਬਾਕੀ ਆਲ ਓਰੀਜਨਲ ਆ ਕਾਰ ਸਾਰੇ ਪਾਸਿਓਂ। ਲਓ ਜੀ ਟਾਇਰਾਂ ਵੀ ਦੇਖ ਸਕਦੇ, ਟਾਇਰ ਤਕਰੀਬਨ ਹੈਗੇ ਨੇ ਆ ਇਹ 50-60%। ਅਤੇ ਡਰਾਈਵਰ ਸਾਈਡ ਤੋਂ ਦੇਖ ਸਕਦੇ ਹੋ ਪ੍ਰੋਪਰ ਕਾਰ, ਫਰੰਟ ਵਿੰਡੋ ਪਾਵਰ ਆਉਂਦੀ ਆ, ਪਾਵਰ ਸਟੇਅਰਿੰਗ ਆਉਂਦਾ ਗੱਡੀ ਦਾ। ਦਿਖਾਓ ਜੀ ਵਿੱਚੋਂ ਮਟੀਰੀਅਲ ਕਾਰ, ਸੀਟਾਂ ਸੁੱਟਾਂ ਬਿਲਕੁਲ ਫਰੈਸ਼ ਹੀ ਪਈਆਂ ਨੇ, ਦੇਖ ਸਕਦੇ ਹੋ ਤੁਸੀਂ। ਅਤੇ ਇਸ ਮਾਡਲ ਵਿੱਚ ਫਰੰਟ ਵਿੰਡੋ ਪਾਵਰ ਆਉਂਦੀ ਆ ਅਤੇ 1,19,000 ਸਰਵਿਸ ਕੋਡ ਦੇ ਨਾਲ ਚੱਲੀ ਹੀ ਆ। ਬਾਕੀ AC ਗੱਡੀ ਦਾ ਵਰਕਿੰਗ ਆ, ਦੇਖ ਸਕਦੇ ਹੋ ਇੰਟੀਰੀਅਰ ਗੱਡੀ ਦਾ ਪੂਰਾ ਸਾਫ਼ ਸੁਥਰਾ, ਅਤੇ ਮਿਊਜ਼ਿਕ ਸਿਸਟਮ ਹੈਗਾ ਕੰਪਨੀ ਫੋਰਡ ਦਾ ਹੀ। ਪਿਛਲੇ ਟਾਇਰਾਂ ਦੀ ਗੱਲ ਕਰੀਏ, ਪਿਛਲੇ ਟਾਇਰ ਹੈਗੇ ਨੇ 80%। ਲਓ ਜੀ ਆਪਾਂ ਡੱਕੀ ਦੀ ਵੀ ਦਿਖਾ ਦਿੰਦਾ ਖੋਲ੍ਹ ਕੇ ਕਾਰ, ਵਿੱਚੋਂ ਇੰਟੀਰੀਅਰ ਗੱਡੀ ਦਾ ਦੇਖ ਸਕਦੇ ਹੋ ਸਾਫ਼ ਸੁਥਰਾ ਹੀ ਆ ਬਿਲਕੁਲ। ਬਾਕੀ ਬੂਟ ਫਲੋਰ ਦੀ ਗੱਲ ਕਰੀਏ, ਬੂਟ ਫਲੋਰ ਵੀ ਗੱਡੀ ਦਾ ਵਧੀਆ ਪਿਆ, ਕੰਬਲ ਕੁੰਬਲ ਜਿਵੇਂ ਆਉਂਦੇ ਨੇ ਕੰਪਨੀ ਦੇ ਓਮੀ ਨੇ। ਬਾਕੀ ਕੋਈ ਰੈਸਟਿੰਗ ਨਹੀਂ ਦੇਖ ਸਕਦੇ ਕਿਸੇ ਪਾਸੇ, ਕੋਈ ਗਲੀ ਖਪੀ ਨਹੀਂ ਗੀ ਕਿਸੇ ਪਾਸੇ ਵੀ। ਬਾਕੀ ਲੱਗੀ ਵੱਜੀ ਨਹੀਂ ਗੀ, ਲੱਗੀ ਵੱਜੀ ਦੀ ਆਪਣੀ ਫੁੱਲ ਗਰੰਟੀ ਆ। ਲਓ ਜੀ ਕਨੈਕਟਰ ਸਾਈਡ ਤੋਂ ਵੀ ਦੇਖ ਸਕਦੇ ਹਾਂ ਪ੍ਰੋਪਰ ਕਾਰ, ਇੱਕ ਅੱਧਾ ਸਕਰੈਚ ਆ ਗੱਡੀ ਦਾ, ਉਹ ਇੱਧਰੋਂ ਕਨੈਕਟਰ ਸਾਈਡ ਤੋਂ ਨਾਲ ਦੀ ਆ, ਉਹ ਕਨੈਕਟਰ ਸਾਈਡ ਤਕਰੀਬਨ ਪ੍ਰੋਪਰ ਓਰੀਜਨਲ ਹੀ ਆ। ਲਓ ਜੀ ਕਨੈਕਟਰ ਸਾਈਡ ਤੋਂ ਇੰਟੀਰੀਅਰ ਹੀ ਦੇਖ ਸਕਦੇ ਕਾਰ, ਬਿਲਕੁਲ ਸਾਫ਼ ਸੁਥਰਾ ਇੰਟੀਰੀਅਰ ਆ, ਮਤਲਬ ਕਿ ਰਫ ਯੂਜ਼ ਨਹੀਂ ਹੋਈ ਗੱਡੀ ਕਿਸੇ ਵੀਰ ਨੇ ਜਿੰਨੇ ਵੀ ਰੱਖੀ ਆ, ਘਰੇਲੂ ਕਾਰ ਰੱਖੀ ਆ, ਸਾਂਭ ਕੇ ਰੱਖੀ ਕਾਰ ਨਹੀਂ, ਫੋਰਡ ਦੀ ਕੰਡੀਸ਼ਨ ਲਗਭਗ ਇਸ ਤਰ੍ਹਾਂ ਦੀ ਮਿਲਦੀ ਨਹੀਂ ਹੈਗੀ। ਬਾਕੀ ਆਪਾਂ ਤੁਹਾਨੂੰ ਇੰਜਨ ਦੀ ਵੀ ਦਿਖਾਉਂਦੇ ਹਾਂ ਕਾਰ ਸਟਾਰਟ ਕਰਕੇ। ਲਓ ਜੀ ਇੰਜਨ ਦੀ ਆਪਾਂ ਸਟਾਰਟ ਕਰਤੀ ਹੈ ਕਾਰ, ਦੇਖ ਸਕਦੇ ਹਾਂ ਇੰਜਨ ਦੀ ਕਾਰ। ਬਾਕੀ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਬਲੋ ਦੀ, ਕੋਈ ਕਿਸੇ ਪਾਸੇ ਬਲੋ ਨਹੀਂ, ਕੋਈ ਛੱਟਾ ਨਹੀਂ, ਬਹੁਤ ਵਧੀਆ ਕਾਰ ਆ ਫੋਰਡ ਪਿਕੋ। ਜਿਹੜੇ ਕਿਸੇ ਵੀਰ ਨੇ ਘੱਟ ਰੇਟ ਵਾਲੀ ਗੱਡੀ ਪੰਜਾਬ ਨੰਬਰ ਫਸਟ ਉਹਨੂੰ ਕਾਰ ਲੈਣੀ ਆ ਤਾਂ ਆਪਣੇ ਕੋਲ ਇਹ ਕਾਰ ਹਾਜ਼ਰ ਆ। ਬੋਂਡ ਬੂੰਡ ਵਗੈਰਾ ਗੱਡੀ ਦਾ ਅੰਦਰੋਂ ਸ਼ੀਲਡ ਆ, ਬਾਹਰੋਂ ਗੱਡੀ ਦਾ ਪੇਂਟ ਹੋਇਆ। ਬਾਕੀ ਤੁਸੀਂ ਦੇਖ ਸਕਦੇ ਹੋ ਪੂਰੀ ਇੰਜਨ ਦੀ ਵੀ ਸਾਫ਼ ਸੁਥਰੀ ਕਾਰ ਆ, ਕਿਸੇ ਪਾਸੇ ਕੋਈ ਰੈਸਟਡ ਨਹੀਂ ਕਿਸੇ ਪਾਸੇ ਵੀ, ਕੋਈ ਲੀਕੇਜ ਨਹੀਂ ਕਿਸੇ ਪਾਸਿਓਂ ਵੀ, AC ਗੱਡੀ ਦਾ ਸਾਰਾ ਕੁਛ ਗੱਡੀ ਦਾ ਵਰਕਿੰਗ ਆ। ਹਲਕਾ ਫੁਲਕਾ ਜੋ ਕਿ ਲਾਈਟ ਵਗੈਰਾ ਦਾ ਥੋੜ੍ਹਾ ਮੋਟਾ ਸਾਫ਼ ਵੀ ਹੋਣ ਵਾਲਾ ਉਹ ਹੋਜੂਗਾ, ਅੱਗੇ ਜਾ ਕੇ ਤੁਹਾਨੂੰ ਅਪਡੇਟ ਹੋ ਕੇ ਮਿਲ ਸਕਦੀ ਆ ਕਾਰ। ਲਓ ਜੀ ਵੀਰੇ ਗੱਡੀ ਦੀ ਕੰਡੀਸ਼ਨ ਆਪਾਂ ਤੁਹਾਨੂੰ ਦਿਖਾਤੀ ਆ, ਗੱਡੀ ਪੰਜਾਬ ਨੰਬਰ ਆ, ਫਸਟ ਉਹਨੂੰ ਕਾਰ ਆ, ਥਰਡ ਪਾਰਟੀ ਮੇ ਬੀ ਸ਼ਾਇਦ ਇੰਸ਼ੋਰੈਂਸ ਇਹਦੀ ਹੋਵੇ। ਵੈਸੇ ਗੱਡੀ ਖੜੀ ਸੀ 1-1.5 ਸਾਲ ਦੀ, ਘਰੀ ਖੜੀ ਸੀ ਕਿਸੇ ਵੀਰ ਦੀ ਜਿਹਦੀ ਰੱਖੀ ਆ ਉੱਥੇ ਘੜੀ ਖੜੀ ਸੀ ਖੜੀ ਸੀ ਅਤੇ ਖਾਸੀਅਤ ਇਹੀ ਆ ਇਹ ਫਸਟ ਓਨਰ ਕਾਰ ਆ। ਅਤੇ ਭਾਈ ਗੱਡੀ ਦੇ ਪ੍ਰਾਈਜ਼ ਦੀ ਗੱਲ ਕਰੀਏ, ਇਸ ਗੱਡੀ ਦਾ ਪ੍ਰਾਈਜ਼ ਆ ਜੀ 1,55,000 ਰੁਪਇਆ, ਪੰਜਾਬ ਦਾ ਨੰਬਰ ਆ ਜੀ, 26 ਤੱਕ ਗੱਡੀ ਪਾਸਿੰਗ ਆ। ਬਾਕੀ ਲੋਨ ਦੀ ਗੱਲ ਕਰੀਏ, ਲੋਨ ਵੀ ਤਕਰੀਬਨ ਇਸ 'ਤੇ 90,000 ਰੁਪਏ ਦਾ ਹੋ ਜੂ, ਤਕਰੀਬਨ 50-60,000 ਰੁਪਏ ਲੈ ਕੇ ਆਓ, ਗੱਡੀ ਲੈ ਜਾਓ। ਮਿਲਦੇ ਵੀਰੇ ਨੈਕਸਟ ਵੀਡੀਓ, ਤਦ ਤੱਕ ਸਾਰੇ ਵੀਰਾਂ ਨੂੰ ਆਪਣੀ ਸਤਿ ਸ਼੍ਰੀ ਅਕਾਲ।